ਕਿਤਾਬ ਜਿਹੜਾ ਉਹ ਹੈ ਨਾ ਜਮਾਂ ਦੀ ਨਿਸ਼ਾਨੀ ਜੀ ਇਹਦੇ ਉੱਲੇ ਹੋ ਗਿਆ ਪੇਸ਼ਕਸ਼ ਵੀ ਕੱਢੂ ਕੁਛ ਚੋਰੀਆਂ ਚੱਪੇ ਕਰਦੇ ਰਹਿੰਦੇ ਨਾ ਉਹਦੇ ਖੋਲੇ ਵੜ ਗਿਆ ਅੰਦਰ ਹੁਣ ਦਿਸੂਗਾ ਮੂੰਹ ਤਾਂ ਇਹਦਾ ਉਪਰੀ ਪੈਣੇ ਪੈਸੇ ਜੀ ਹੋਰ ਆਹਦੇ ਗੁੱਟੀਆਂ ਪਈਆਂ ਲੱਖ ਤੋਂ ਵੱਧ ਹੋਊ ਜੀ ਜਿਸ ਹਿਸਾਬ ਨਾਲ ਗੁੱਟੀਆਂ ਲੈ ਕੇ ਗਏ ਜਿਹੜੇ ਹਿਸਾਬ ਨਾਲ 500 ਦੇ ਨੋਟਾਂ ਦੀਆਂ ਗੁੱਟੀਆਂ ਨੇ ਬਾਕੀ ਸਰ ਮੇਰਾ ਨਾਮ ਨਰਿੰਦਰ ਕੁਮਾਰ ਹੈ ਫਾਰਮ ਦਾ ਨਾਮ ਹੋਇਆ ਸੈਫੀ ਮੈਡੀਕਲ ਹਾਲ ਕੀ ਹੋਇਆ ਜੀ ਤੁਹਾਡੇ ਨਾਲ ਅਤੇ ਕੀ ਟਾਈਮ ਸਰ ਮੈਂ ਸਵੇਰੇ ਮੇਰੇ ਪੋਤਾ ਹੋਇਆ ਜੀ ਪਰਸੋਂ ਅਤੇ ਕੱਲ੍ਹ ਛੁੱਟੀ ਮਿਲਣੀ ਸੀ ਉਹਨਾਂ ਨੂੰ ਮੈਂ ਇੱਥੋਂ 1:30 ਵਜੇ ਗਿਆ ਸੀਗਾ ਅਤੇ ਮੈਂ ਪੈਸਿਆਂ ਦਾ ਅਰੇਂਜਮੈਂਟ ਕੀਤਾ ਜੀ ਅਤੇ ਮਿਸਿਜ਼ ਦਾ ਫੋਨ ਆਇਆ ਵੀ ਤੁਸੀਂ ਆ ਜਾਓ ਵੀ ਡਾਕਟਰ ਸਾਹਿਬ ਛੁੱਟੀ ਦੇਣਗੇ ਮੈਂ ਕਿਹਾ ਜੀ ਚਲੋ ਮੈਂ ਤੁਹਾਡੇ ਕੋਲ ਆ ਜਾਂਦਾ ਅਤੇ ਉਸ ਤੋਂ ਮੈਂ ਜੋ ਇੱਥੋਂ 1:30 ਵਜੇ ਗਿਆ ਅਤੇ ਉਸ ਤੋਂ ਬਾਅਦ ਮੈਂ ਉੱਥੇ ਗਿਆ ਉਹਨਾਂ ਕੋਲ ਗਿਆ ਜਾ ਕੇ ਉਹਨਾਂ ਨੇ ਡਿਸਚਾਰਜ ਕੀਤਾ ਕਹਿੰਦੇ ਚਲੋ ਮੈਂ ਪੈਸੇ ਲੈ ਕੇ ਆਉਣਾ ਜਾ ਕੇ ਅਤੇ ਉਹ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਆਰਾਮ ਨਾਲ ਆ ਜਾਓ ਅਤੇ ਜੋ ਮੈਂ ਆ ਕੇ ਦੇਖਿਆ ਅਤੇ ਇੱਥੋਂ ਲੰਘਣ ਲੱਗਿਆ ਤਾਂ ਸ਼ਟਰ ਮੇਰਾ ਉੱਪਰ ਸੀਗਾ ਜੀ ਅਤੇ ਗੇਟ ਮੇਰਾ ਅੱਧਾ ਖੁੱਲ੍ਹਾ ਪਿਆ ਸੀਗਾ ਅਤੇ ਮੈਂ ਦੇਖਿਆ ਮੈਂ ਇੱਕਦਮ ਪੈ ਭੀਤ ਜੇ ਗਿਆ ਅਤੇ ਮੈਂ ਪੜੋਸੀਆਂ ਨੂੰ ਬੁਲਾਇਆ ਜੀ ਉਹਨੂੰ ਦਿਖਾਇਆ ਮੇਨ ਗੇਟ ਹੈ ਜੀ ਉਹ ਟੁੱਟਿਆ ਪਿਆ ਸੀਗਾ ਗੱਲੇ ਦੀ ਪੇਚਕਸ ਮਾਰ ਕੇ ਉਹਨਾਂ ਨੇ ਗੱਲਾ ਤੋੜਿਆ ਉਹਦੇ ਕਰੀਬ 125,000 ਰੁਪਈਆ ਸੀਗਾ ਉਹਦੇ ਵਿੱਚ ਜਿਹੜਾ ਕਿ ਅਸੀਂ ਨੇ ਕਿਰਨ ਮੈਡਮ ਦੇ ਬੇਟਾ ਦਾਖਲ ਸੀਗਾ ਜੀ ਅਤੇ ਉਹਨਾਂ ਨੂੰ ਪੈਸੇ ਦੇਣੇ ਸੀ ਕੀ ਸਮਝਦੇ ਕਿ ਪੁਲਿਸ ਲੈਣ ਦੇ ਮਹਿਜ 500 ਗਜ਼ ਦੀ ਦੂਰੀ 'ਤੇ ਤੁਹਾਡੀ ਦੁਕਾਨ ਹੈ ਹਾਂਜੀ ਨਾਲ ਹੀ ਥਾਣਾ ਹੈ ਜੀ ਅਤੇ ਦੂਸਰੇ ਪਾਸੇ ਸਿਟੀ ਵਾਨ ਦਾ ਥਾਣਾ ਪੈ ਜਾਂਦਾ ਦੋਹਾਂ ਦੇ ਵਿਚਾਲੇ ਐਡੀ ਵੱਡੀ ਵਾਰਦਾਤ ਨੂੰ ਅੰਜਾਮ ਹੋ ਜੇ ਕਿਸ ਤਰ੍ਹਾਂ ਸੀ ਦੇਖੋ CM ਸਕਿਉਰਟੀ ਦੇ ਬਾਵਜੂਦ ਵੀ ਇੱਥੇ ਬਹੁਤ ਜ਼ਿਆਦਾ ਗੱਡੀਆਂ ਘੁੰਮ ਰਹੀਆਂ ਹੈ ਹੁਣ ਕੀ ਕਰੀਏ ਹੁਣ ਦਿਨ ਦਿਹਾੜੇ ਇਹ ਕੰਮ ਹੋਇਆ ਜੀ ਵਾਕਾ ਹੋਇਆ ਜੀ ਡਰ ਹੀ ਨਹੀਂ ਹੈਗਾ ਰਾਤ 6 ਵਜੇ ਦੇ ਕਰੀਬ ਸਾਡੇ ਕੋਲ ਮੇਰੇ ਇਨਫੋਰਮੇਸ਼ਨ ਆਈ ਸੀਗੀ ਵੀ ਚੋਰੀ ਹੋਈ ਹੈ ਮੈਂ ਆਪ ਵੀ ਮੌਕੇ 'ਤੇ ਗਿਆ ਸੀਗਾ ਉਹ ਦੁਕਾਨ ਬੰਦ ਸੀਗੇ ਛੋਟਾ ਝਗੜਾ ਵੀ ਹੋਇਆ ਸੀ ਮੈਂ ਉਹ ਮੌਕੇ 'ਤੇ ਗਿਆ ਸੀਗਾ ਅਸੀਂ ਫੋਟੋਜ਼ ਲੈ ਲਈਆਂ ਨੇ ਇਹਦੀਆਂ ਅਤੇ ਅੱਜ FIR ਲੌਂਚ ਕਰ ਰਹੇ ਹਾਂ ਅਤੇ ਅਸੀਂ ਆਪਣੇ ਜਿਹੜੇ ਸੋਰਸਿਸ ਉਹ ਵੀ ਲਾਤੇ
ਅਤੇ ਆਪ ਵੀ ਅਸੀਂ ਕੈਮਰੇ ਚੈੱਕ ਕਰ ਰਹੇ ਹਾਂ, ਸੀ ਸੀ ਟੀ ਵੀ ਕੈਮਰੇ। ਬਹੁਤ ਜਲਦ ਜਿਹੜੇ ਚੋਰ ਹੈਗੇ ਨੇ ਉਹ ਸਲਾਖਾਂ ਦੇ ਪਿੱਛੇ ਹੋਣਗੇ। ਕਿਸ ਤਰ੍ਹਾਂ ਦੇਖਦੇ ਕਿ ਥਾਣਾ ਵੀ ਬਿਲਕੁਲ ਨੇੜੇ ਅਤੇ SSP ਜਿਹੜੇ ਪੁਲਿਸ ਮੁਖੀ ਨੇ ਉਹ ਵੀ ਬਿਲਕੁਲ ਸਾਹਮਣੇ ਹੈ ਕਿ ਚੋਰਾਂ ਨੂੰ ਇੱਥੇ ਕੋਈ ਖੌਫ ਨਹੀਂ ਹੈਗਾ ਜਿਹੜਾ ਸਾਡੇ ਨਹੀਂ। ਐਕਚੁਲੀ ਇੱਕ ਤਾਂ ਉਹ ਦੁਕਾਨਦਾਰ ਨੇ ਜਿਹੜਾ ਆਪਣਾ ਸ਼ਟਰ ਜਿਹੜਾ ਹੈਗਾ ਮੇਰੇ ਖਿਆਲ 'ਚ ਖੁੱਲ੍ਹਾ ਸੀਗਾ, ਦੂਜੀ ਗੱਲ ਰੇਲਵੇ ਲਾਈਨ ਦਾ ਬਹੁਤ ਵੱਡਾ ਫਰਕ ਪੈਂਦਾ ਗਾ, ਰੇਲਵੇ ਲਾਈਨ ਕਰੋਸ ਉੱਪਰ ਦੀ ਜਾਣਾ ਪੈਂਦਾ ਗਾ। ਥਾਣੇ ਵਾਲੀ ਕੋਈ ਗੱਲ ਨਹੀਂ, ਪੁਲਿਸ ਪੂਰੀ ਮੁਸਤੈਦ ਆ, ਅਤੇ ਪੁਲਿਸ ਜਿਹੜਾ ਹੈਗਾ ਇਹਨਾਂ ਨੂੰ ਚੋਰਾਂ ਨੂੰ ਨੱਪਣ ਦੇ ਲਈ ਜਿਹੜੀ ਹੈਗੀ ਆ ਆਪਣੀ ਹਰ ਹੀਲਾ ਵਰਤੂਗੀ, ਅਤੇ ਮਾੜੇ ਅਨਸਰ ਉਹਨੂੰ ਅਸੀਂ ਦੱਬ ਕੇ ਹੀ ਜਿਹੜਾ ਹੈਗਾ ਨੱਪ ਕੇ ਸਾਹ ਲਵਾਂਗੇ। ਕੀ ਸਮਝੋ ਕਿ ਤੁਹਾਡੇ ਲਈ ਇੱਕ ਵੱਡਾ ਚੈਲੰਜ ਹੈ ਕਿ ਪੁਲਿਸ ਲਾਈਨ ਦੇ ਸਾਹਮਣੇ ਚੋਣ ਜਾਬਤਾ ਲੱਗਿਆ ਅਤੇ ਥਾਣੇ ਦੇ ਬਿਲਕੁਲ ਨਾਲੇ 1.25 ਲੱਖ ਦੀ ਵੱਡੀ ਚੋਰੀ ਹੈ ਜੀ? ਪੁਲਿਸ ਤਾਂ ਹਰ ਇੱਕ, ਚਾਹੇ ਚੋਰੀ ਛੋਟੀ ਹੈ ਚਾਹੇ ਵੱਡੀ ਹੈ, ਪੁਲਿਸ ਲਈ ਚੈਲੰਜ ਆ, ਅਤੇ ਅਸੀਂ ਹਰ ਇੱਕ ਸ਼ਹਿਰ ਦੇ ਵਸਿੰਦੇ ਨੂੰ ਭਰੋਸਾ ਦਿਵਾਉਂਦੇ ਹਾਂ ਵੀ ਪੁਲਿਸ ਉਹਨਾਂ ਦੀ ਜਿਹੜੀ ਹੈਗੀ ਆ ਸੇਵਾ ਦੇ ਵਿੱਚ ਹਾਜ਼ਰ ਆ, ਅਤੇ ਜਿੱਥੇ ਵੀ ਇਹ ਮਾੜੇ ਅਨਸਰ ਕੋਈ ਕਾਰਵਾਈ ਕਰਨਗੇ ਪੁਲਿਸ ਆਪਣਾ ਜਿਹੜਾ ਹੈਗਾ ਕਾਨੂੰਨੀ ਕਾਰਵਾਈ ਕਰਨ ਦੇ ਵਿੱਚ ਕੋਈ ਦੇਰ ਨਹੀਂ ਕਰੂਗੀ।